अपने दोस्तों भरावों की खिदमत एक नवी अच्छी वीडियो लैके हाजिर हो जैसा कि पिछली वीडियो थानू असील वगैरह की पहचान कराई है। अच्छे अच्छे तो नायाब मुर्गों की पहचान करवाई है, उन्होंने शो करवाया। तो इस तरह इस वीडियो थानू एक अच्छे नायाब परिंदे का शो करवा दे, गेम वगैरह पूछा दे, क्योंकि साढ़े सामने देखिया संतपाई जाता देखिया, तो वो गेम वगैरह पूछा दे। उस तो बाद खुराक वगैरह तुम दसा दे, इस गर्मी से मुर्गियां वगैरह में की देना चाहिए की नहीं देना चाहिए, जिंद वजह मुर्गे अच्छी गेम भी करन तो गर्मी तो महफूज रहन। तो लोग मिलने अपने भाई और उन्होंने पूछने इस मुर्गे की की खूसियात ने की खुराक है जी। वालेकुम सलाम जी, की हाल है भाई जान? शुक्र अल्लाह पाक दा, तुसी सुनाओ? ठीक जी, ठीक ठाक। की नाम है भाई और? जनेद। भाई जान, जब मुर्गा फड़े है यदि नस्ल वगैरह सू दसो, ये तो मुर्गे का शौक वगैरह कराओ, सा दोस्तों दसो क्या कि नस्ल है शौक वगैरह? भाई जान प्योर लसानी जी। प्योर लसानी, क्या बात है। अख वगैरह दिखाओ। अख वगैरह लो, माशाल्लाह बड़ी सोहनी अख जी। साफ अख दा, साफ अख दा जी, नोक नाली बिल्कुल इको जी। चेक करो पल्ले भी, वेख लो वधिया पल्ले ने, बहुत वधिया मुर्गा है। अच्छा भाई जान, तुसा इहदी कोई गेम वगैरह वेखी है? गेम इहदी बड़ी वेखी है जी, दो बादियां वधे है जी बंदा ते। क्या बात है जी, ए बंदा लड़ना लड़न वाला है? खुल्ले ते भी लड़दा, ਕੁਲਿਆਂ ਤੇ ਵੀ ਲੜਦਾ ਤੇ ਬੰਦਾ ਤੇ ਵੀ ਲੜਦਾ। ਤੁਸੀਂ ਜ਼ਿਆਦਾ ਨੂੰ ਕੁਲਿਆਂ ਤੇ ਲੜਾ ਕੇ ਬੰਦਾ ਤੇ? ਅਸੀਂ ਇਹਦੀਆਂ ਦੋ ਬਾਦੀਆਂ ਬੰਦਾ ਤੇ ਜਿੱਤੀਆਂ ਨੇ ਸਾਡੇ ਸਾਧਰਾਂ ਨੇ। ਠੀਕ ਹੈ, ਉਹਨਾਂ ਨੇ ਜਿੱਤੀਆਂ ਨੇ, ਕਰਾਚੀ ਤੋਂ ਸਾਨੂੰ ਗਿਫਟ ਆਇਆ ਜੀ। ਇਹ ਫਿਰ ਤੁਹਾਡੇ ਘਰ ਦੀ ਨਸਲ ਨਹੀਂ ਹੈ ਗਿਫਟ ਆਈ? ਨਹੀਂ। ਅੱਛਾ ਭਾਈ ਜਾਨ, ਤੁਸੀਂ ਕਿੰਨੀ ਕੁ ਦੇਰ ਤੋਂ ਸ਼ੋਕ ਕਰ ਰਹੇ ਹੋ ਤੇ ਜਿਹੜੇ ਤੁਸੀਂ ਜਾਨਵਰ ਰੱਖੇ ਨੇ ਉਹਨਾਂ ਚੋਂ ਸਭ ਤੋਂ ਅੱਛਾ ਜਾਨਵਰ ਕਿਹੜੀ ਨਸਲ ਦਾ ਤੁਸੀਂ ਵੇਖਿਆ ਜਾਂ ਲੜਾਇਆ ਹੈ ਜਾਂ ਘਰ ਦੇ ਉੱਤੇ ਬ੍ਰੀਡਰ ਮੁਰਗਾ ਬਣਾਇਆ ਹੈ ਉਹਦੇ ਬੱਚੇ ਕਢਵਾਏ ਨੇ, ਤੁਹਾਡੇ ਹਿਸਾਬ ਨਾਲ ਕਿਹੜੀ ਨਸਲ ਸਭ ਤੋਂ ਅੱਛੀ ਰਹੀ ਹੈ? ਸਭ ਤੋਂ ਅੱਛਾ ਤੇ ਮੇਰੇ ਕੋਲ ਸੀ, ਸਭ ਤੋਂ ਪਹਿਲਾਂ ਆਇਆ ਸੀ ਬੇਗ। ਅੱਛਾ, ਉਹ ਮੇਰਾ ਸਾਧ ਨਹੀਂ ਦਿੱਤਾ ਸੀ, ਉਦੋਂ ਸਾਧ ਉਦੋਂ ਸਾ ਅਸੀਂ ਨਹੀਂ ਸਨ ਮੱਲੇ ਹੋਏ, ਅਸੀਂ ਸਤਾਦ ਜੀ ਉਹਨਾਂ ਨੂੰ ਮੰਨਦੇ ਸਨ। ਠੀਕ ਹੈ, ਅਤੇ ਉਹਨਾਂ ਨੇ ਸਾਨੂੰ ਇੱਕ ਪੱਠਾ ਦਿੱਤਾ ਸੀ ਗਿਫਟ। ਅੱਛਾ, ਅਤੇ ਉਹ ਅਸੀਂ ਬੜੀ ਦੇਰ ਰੱਖਿਆ ਜੇ, ਉਹਦੇ ਬੱਚੇ ਛੱਚੇ ਵੀ ਕਢਾਏ ਨੇ, ਲੜਿਆ ਵੀ ਬੜਾ ਚੰਗਾ, ਇੱਥੇ ਸਾਡੀ ਬਾਦੀ ਵੀ ਇੱਕ ਲੱਗੀ ਸੀ, ਉਹ ਵੀ ਵਧੇ ਸਾ ਸੀ ਉਹਨਾਂ ਕੋਲੋਂ। ਕੀ ਬਾਤ, ਅਤੇ ਬੜੀ ਵਧੀਆ ਉਹਨੇ ਗੇਮ ਕੀਤੀ ਇਹ ਬੇਗ ਨੇ। ਠੀਕ ਹੈ, ਫਿਰ ਉਹਨਾਂ ਤੋਂ ਬਾਅਦ ਨਸਲ ਵਧਦੀ ਗਈ ਵਧਦੀ ਗਈ, ਉਹ ਹੁਣ ਉਹ ਨਸਲ ਖਤਮ ਹੋ ਗਈ। ਹੁਣ ਅਸੀਂ ਅੱਗੋਂ ਆਇਆ ਮੁਰਗਾ ਇੱਕ ਸਾਡੇ ਕੋਲ ਚੰਗਾ ਹੈ, ਇੱਕ ਹੋਰ ਹੈ ਮੁਰਗਾ ਸਾਡੇ ਕੋਲ, ਅਤੇ ਉਹਨਾਂ ਦੀ ਬਰੀਡ ਕਰਾਈ ਜੇ, ਹੁਣ ਅਸੀਂ ਆਪਣੀ ਜਿਹੜਾ ਨਾ ਦਾਤੀ ਜੇ ਨਸਲ ਬਣਾ ਰਿਹਾ। ਇਹ ਵੈਸੇ ਉਸਤਾਦ ਹੋਰਾਂ ਨੇ ਗਿਫਟ ਕੀਤੇ ਆ, ਇਹ ਕਰਾਚੀ ਤੋਂ ਆਇਆ ਮੁਰਗਾ ਜਿਹੜਾ। ਠੀਕ ਹੋ ਗਿਆ, ਅਤੇ ਇਹਦੇ ਬੱਚੇ ਵਗੈਰਾ ਕਢਾਏ ਜੇ ਨਾ? ਜੀ ਜੀ, ਇਹਦੀ ਬਰੀਡ ਹੈ ਵੇ। ਅੱਛਾ ਭਾਈ ਜਾਨ, ਸਾਨੂੰ ਇੱਕ ਆਖਰੀ ਸਵਾਲ ਦਾ ਜਵਾਬ ਦਿਓ ਕਿ ਜੈਸਾ ਕਿ ਤੁਹਾਨੂੰ 15 ਸਾਲ ਹੋ ਗਏ ਨੇ ਇਹ ਸ਼ੋਅ ਕਰਦੇ ਆ, ਅਤੇ ਇਹ ਸ਼ੌਕ 'ਚ ਤੁਸੀਂ ਕੀ ਹਾਸਲ ਕੀਤਾ ਜਾਂ ਕੋਈ ਬੰਦਾ ਨਵੀਂ ਜਨਰੇਸ਼ਨ ਕਾਫੀ ਆਸ ਪਾਸੇ ਆ ਰਹੀ ਹੈ, ਕਾਫੀ ਲੜਕੇ ਸ਼ੌਕ ਕਰਦੇ ਨੇ, ਅਤੇ ਸਾਡੇ ਮੁਤਾਬਕ ਤਾਂ ਬੜਾ ਅੱਛਾ ਸ਼ੌਕ ਹੈ, ਅਤੇ ਅਸੀਂ ਯਾਰ ਦੋਸਤ ਆਪਣੇ ਕੋਲ ਜਾਣੇ ਹਾਂ ਜਿਨ੍ਹਾਂ ਸ਼ੌਕ ਵਗੈਰਾ ਕਰਦੇ ਨੇ, ਉਹਨਾਂ ਦੀ ਪੁੱਛੀ ਗਿੱਛੀ ਦਾ ਉਹਨਾਂ ਨੂੰ ਸਵਾਲ ਵਗੈਰਾ ਕਰੀਦੇ ਨੇ, ਅਤੇ ਇਹ ਸ਼ੌਕ ਦੇ ਬਾਰੇ ਲਾਜ਼ਮੀ ਪੁੱਛੀਦਾ ਕਿ ਤੁਸੀਂ ਇਸ ਬਾਰੇ ਕੀ ਆਉਂਦੇ ਹੋ, ਕੀ ਆਪਣੇ ਰਾਏ ਦਾ ਇਜ਼ਹਾਰ ਕਰਦੇ ਹੋ ਸ਼ੌਕ ਵਗੈਰਾ ਦੇ ਬਾਰੇ? ਨਹੀਂ ਜੀ, ਸ਼ੌਕ ਤਾਂ ਬਹੁਤ ਅੱਛਾ ਹੈ, ਅੱਛੇ ਤਰੀਕੇ ਨਾਲ ਕਰਨਾ ਚਾਹੀਦਾ ਸ਼ੌਕ ਵੀ, ਸ਼ੌਕ ਦੇ ਹਵਾਲੇ ਨਾਲ ਇਹ ਗੱਲ ਹੈ ਕਿ ਮੁਰਗੇ ਦਾ ਸ਼ੌਕ ਬਹੁਤ ਅੱਛਾ ਹੈ। ਜਿੰਨੇ ਵੀ ਨਵੇਂ ਮੁੰਡੇ ਨੇ ਸ਼ੌਕ ਕਰਦੇ ਵੀ ਨੇ ਸਾਡੇ ਕੋਲ ਆ ਕੇ ਬਹਿੰਦੇ, ਉਹਨਾਂ ਨੇ ਦੱਸੀਦਾ ਕਿ ਯਾਰ ਇਹ ਸ਼ੌਕ ਕਰੋ, ਵਧੀਆ ਸ਼ੌਕ ਹੈ, ਆਮ ਨਸ਼ਿਆਂ ਤਮਾਸ਼ਿਆਂ ਨਾਲ ਇਹ ਬਹੁਤ ਅੱਛਾ ਸ਼ੌਕ ਹੈ, ਅਤੇ ਬੜੇ ਮੁੰਡੇ ਯਾਰ ਦੋਸਤ ਹੁੰਦੇ ਨੇ ਉਹਨਾਂ ਨੂੰ ਚੂਚੇ ਛੂਚੇ ਵੀ ਦੇਈਦੇ ਨੇ ਸ਼ੌਕ ਦੇ ਹਵਾਲੇ ਨਾਲ ਕਿ ਇਹਨਾਂ ਦਾ ਸ਼ੌਕ ਵਧੇ, ਯਾਰੀ ਦੋਸਤੀ ਵੀ ਦੂਸਰੇ ਜਿਹੜੇ ਮਕਸਦ ਆਮ ਮੁੰਡੇ ਵੀ ਆ ਕੋਲ ਬਹਿੰਦੇ ਨੇ ਉਹਨਾਂ ਨਾਲ ਵੀ ਸ਼ੌਕ ਵਧਾ ਰਹੇ ਹਾਂ ਅਸੀਂ, ਅਤੇ ਇਹੀ ਚਾਹੁੰਦੇ ਹਾਂ ਕਿ ਸ਼ੌਕ ਜ਼ਰਾ ਜ਼ਿਆਦਾ ਹੋ ਜਾਵੇ। ਸਾਡੇ ਦੋਸਤਾਂ ਭਰਾਵਾਂ ਨੂੰ ਪਸੰਦ ਆਈ ਹੋਵੇ ਦੀ, ਅਤੇ ਅੱਛੀ ਅਸੀਂ ਅੱਛੇ ਮੁਰਗਾ ਤੁਹਾਨੂੰ ਸ਼ੌਕ ਕਰਵਾਇਆ, ਟਿਪਸ ਵਗੈਰਾ ਦਿੱਤੇ ਨੇ, ਅਤੇ ਆਇੰਦਾ ਤੂੰ ਅਸੀਂ ਉਸ ਤੋਂ ਅੱਛੇ ਜਾਨਵਰ ਦਾ ਤੁਹਾਨੂੰ ਸ਼ੌਕ ਕਰਵਾ ਦੇ, ਅਤੇ ਹਰ ਕਿਸਮ ਦੇ ਜਾਨਵਰ ਅਤੇ ਪਰਿੰਦੇ ਦਾ ਤੁਹਾਨੂੰ ਸ਼ੌਕ ਵੀ ਕਰਵਾ ਦੇ, ਅਤੇ ਉਹਦੀ ਖੁਰਾਕ ਵਗੈਰਾ ਵੀ ਦੱਸਾਂ ਦੇ। ਅਤੇ ਜਿਹੜੇ ਦੋਸਤ ਧਰਾ ਸਾਡੇ ਚੈਨਲ ਸਬਸਕ੍ਰਾਈਬ ਕਰਨ ਤੋਂ ਮਹਿਰੂਮ ਨੇ ਅਜੇ ਤੱਕ, ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਸਾਡਾ ਚੈਨਲ ਸਬਸਕ੍ਰਾਈਬ ਕਰੋ, ਅਤੇ ਨਾਲ ਬੈਲ ਆਈਕਨ ਦੇ ਬਟਨ ਦਬਾ ਦਿਓ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਜੇ, ਅਤੇ ਖੁਦਾ ਹਾਫਿਜ਼।